ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋ ਕਰੀ ਮੁਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋ ਕਰੀ ਮੁਖਿਆਨ ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ
ਬਸਹਿ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਹਾ ਨਾ ਸਕੈ ਜਾਲੇ ਨਿਰਧਨ ਕੋ ਧਨ ਅੰਦਲੇ ਕੋ ਟਿਕ ਮਹਾਤ ਦੂਹੁ ਦੁਜੈ ਸਿਬਾਲੇ ਸਾਗਰ ਮੈਂ ਬੋਹਿਥ ਪਾਇਓ ਹਰਿ ਨਾਨਕ ਕਰੀ ਕਿਰਪਾ ਕਿਰਪਾਲੇ ਸਾਗਰ ਮੈਂ ਬੋਹਿਥ ਪਾਇਓ ਹਰਿ ਨਾਨਕ ਕਰੀ ਕਿਰਪਾ ਕਿਰਪਾਲੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਈਠ ਮੀਤ ਕੋ ਸਖਾ ਨਾਹੇ ਆਪ ਬੀਜ ਆਪੇ ਹੀ ਖਾਹੇ ਜਾ ਕੈ ਕੀਨੈ ਹੋਤ ਬੇਕਾਰ ਸੇ ਛੋੜ ਚੱਲਿਆ ਖਿਨ ਮਹਿ ਗਵਾਰ ਈਠ ਮੀਤ ਕੋ ਸਖਾ ਨਾਹੀਂ ਆਪ ਬੀਜ ਆਪੇ ਹੀ ਖਾਹੇ ਜਾ ਕੈ ਕੀਨੈ ਹੋਤ ਬੇਕਾਰ ਸੇ ਛੋੜ ਚੱਲਿਆ ਖਿਨ ਮਹਿ ਗਵਾਰ ਮਾਇਆ ਮੋਹ ਬਹੋ ਭਰਮਿਆ ਕਿਰਤ ਰੇਖ ਕਰ ਕਰਮਿਆ ਕਰਨੈ ਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ ਲੇਹ ਗੋਬਿੰਦ ਦਿਆਲ ਤੇਰੀ ਸ਼ਰਨ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਉ ਕਰ ਕਿਰਪਾ ਪ੍ਰਭ ਦੇ ਨਾਉ ਤੂੰ ਕਰਤਾ ਤੂੰ ਕਰਨ ਹਾਰ ਤੂੰ ਉੱਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲੇ ਲਾਏ ਨਾਨਕ ਦਾਸ ਪ੍ਰਭ ਕੀ ਸ਼ਰਨਾਏ ਤੂੰ ਕਰਤਾ
तू करनहार, तू ऊंचा, तू बहु अपार, कर कृपा लाड़ले हो लाए, नानक दास प्रभ की शरनाए। वाहिगुरु जी का खालसा, वाहिगुरु जी की फतेह। परम सन्मान योग जुगो हो जुग अटल, रहमतां दे सागर सदीवी काल वास्ते रहन वाले सतगुरु धन 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 श्री गुरु ग्रंथ साहिब सच्चे पातशाह जी दे सजे हुए गुरु के अमृत वेले दे गुरु दरबार दियां हाजरियां भर रहे, गुरु प्यार वाले सत संगी जनों, सतगुरां दी अपार कृपा हुई है तां जो सानू सभनां नू रल मिल गुरु ग्रंथ साहिब महाराज जी दे दरबार दियां हाजरियां भर गुरु के कल्याणकारी मुक्तिदायक अमृत गुरबाणी दे बचन श्रवण करन दा सुभाग प्राप्त होया है। गुरसवारी साध संगत जिथे आप गुरुसवारियां दे पासों गुरु की अमृत बाणी आशा जी की वार कीर्तन रूप दे राही श्रवण कर रहे सी, उत्थे ही इस पवित्र पावन गुरु अस्थान ते गुरु की अमृत मई गुरबाणी दी लड़ीवार विचार और विचार अधीन सतगुरु गुरु पंचम पातशाह महाराज जी दे मुखारबिन तों उचारण कीते हुए लड़ीवार पवित्र पावन अमृत बचन हुने हुने पाठ रूप दे राही श्रवण कीते हन। आओ विचार अधीन इन्हां पवित्र पावन अमृत बचना दे प्रारंभ वाले चार पदयां दी विचार आपां कल रोज श्रवण कर चुके हाँ और अष्टपदी दे रूप राही उचारण किते हुए विचार अधीन अगले चार पदे हुने हुने पाठ रूप राही श्रवण किते हन। आओ इन्हां विचार अधीन गुरु के पवित्र पावन अमृत बचना दी विचार नाल जुड़न तो पहला गुरु बख्शी फतेह प्रवान करो। आखो जी वाहिगुरु जी का खालसा, वाहिगुरु जी की फतेह। गुरसवारी साह संगत सतगुरां दे बख्शिश किते हुए ये पवित्र पावन अष्टपदी दे रूप राही बचन
ਜਿਨ੍ਹਾਂ ਦੇ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਕੱਲ ਰੋਜ਼ ਸੁਮਤ ਬਖਸ਼ ਰਹੇ ਸਨ, ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ। ਹੇ ਮੇਰੇ ਮਿੱਤਰ, ਸਦਾ ਸਿਰਜਣਹਾਰ ਗੋਬਿੰਦ ਪਰਿਪੂਰਨ ਪਰਮਾਤਮਾ ਨੂੰ ਸਿਮਰਦੇ ਰਹੋ, ਚੇਤੇ ਕਰਦੇ ਰਹੋ ਔਰ ਸੱਚਾਈ ਭਰਪੂਰ ਜਿਹੜੇ ਗੁਰੂ ਕੇ ਬਚਨ ਨੇ, ਭਾਵ ਬਾਣੀ ਦਾ ਸ਼ਬਦ ਹੈ, ਉਹਦੇ ਨਾਲ ਤੂੰ ਸਦਾ ਪ੍ਰੀਤ ਪਿਆਰ ਸਨੇਹ ਬਣਾ, ਕਿਉਂਕਿ ਉਹ ਸੱਚਾਈ ਸਾਨੂੰ ਗੁਰੂ ਦਾ ਸ਼ਬਦ ਦੱਸ ਰਿਹਾ, ਜਿਸ ਸੱਚਾਈ ਤੋਂ ਸੰਸਾਰ ਅਣਜਾਣ ਹੈ, ਜਿਸ ਸੱਚਾਈ ਤੋਂ ਮਨੁੱਖਤਾ ਅਗਿਆਨਤਾ ਦੇ ਅੰਧੇਰੇ ਵਿੱਚ ਟੱਕਰਾਂ ਖਾ ਰਹੀ ਹੈ। ਕੀ ਇਹ ਸੱਚਾਈ ਨਹੀਂ ਕਿ ਅਸੀਂ ਆ ਜਿਸ ਦੁਨੀਆ ਵਿੱਚ ਇਹ ਪੰਜ ਭੂਤਕ ਸਰੀਰ ਲੈ ਕੇ ਆਏ ਹਾਂ, ਇੱਥੇ ਸਦਾ ਕਿਸੇ ਵੀ ਨਹੀਂ ਬੈਠ ਰਹਿਣਾ, ਸੱਚਾਈ ਏ। ਪਰ ਜੇ ਇਮਾਨਦਾਰੀ ਨਾਲ ਆਪਣੇ ਗਿਰਵਾਨ ਵਿੱਚ ਝਾਤ ਮਾਰ ਕੇ ਵੇਖਿਆ ਜਾਏ ਤੇ ਇਸ ਸੱਚਾਈ ਨੂੰ ਮਨ ਨਹੀਂ ਕਬੂਲ ਰਿਹਾ। ਮਨ ਇਹ ਤਾਂ ਛੋਪਲੇ ਜੇ ਕਹਿੰਦਾ ਵੀ ਇੱਥੇ ਬੈਠ ਨਹੀਂ ਰਹਿਣਾ, ਗੁਰੂ ਕਹਿ ਰਿਹਾ ਇਹ ਤਾਂ ਸੁਣ ਲੈਂਦਾ, ਪਰ ਨਾਲ ਇਹ ਗੱਲ ਕਹਿੰਦਾ ਬਈ ਕੋਈ ਗੱਲ ਨਹੀਂ, ਅਜੇ 20, 30, 40, 50, 60 ਸਾਲ ਹੋਰ ਤਾਂ ਕੰਮ ਸੋ ਕੰਮ ਹੈ ਨੇ, ਭਾਵੇਂ ਬੈਠ ਨਹੀਂ ਰਹਿਣਾ। ਇਹ ਉਸ ਦੌਰ ਨੂੰ ਚੇਤੇ ਕਰਕੇ ਵਿਚਰ ਰਿਹਾ। ਪਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਤੈਨੂੰ ਪ੍ਰਤੀਤ ਹੁੰਦਾ ਵੀ ਅਜੇ 30, 40, 50, 60 ਵਰੇ ਹੋਰ ਨੇ ਮੇਰੇ ਕੋਲ, ਤੇ ਜਿਵੇਂ ਪਿੱਛੇ ਸਮਾਂ ਬਸਰ ਹੋ ਗਿਆ, ਇਉਂ ਲੱਗਦਾ ਕਈ ਵਰੇ ਗੁਜ਼ਰਨ ਤੋਂ ਬਾਅਦ ਵੀ ਜਿਵੇਂ ਅਜੇ ਕੱਲ ਦੀ ਗੱਲ ਆ। ਇਸੇ ਤਰ੍ਹਾਂ ਇਹ ਆਉਣ ਵਾਲਾ ਸਮਾਂ ਵੀ ਤੇਰੇ ਕੋਲੋਂ ਪਲ ਪਲ ਕਰਕੇ ਗੁਜ਼ਰ ਜਾਣਾ। ਇਸ ਸਮੇਂ ਨੂੰ, ਇਸ ਵੇਲੇ ਨੂੰ ਸਾਚ ਸ਼ਬਦ ਨਾਲ ਪ੍ਰੀਤ ਕਰਕੇ ਸੰਭਾਲ ਲਾ, ਇਹ ਵੇਲਾ ਲੰਘ ਰਿਹਾ। ਤਾਂ ਸਾਨੂੰ ਹਜ਼ੂਰ ਸ਼ਬਦ ਨਾਲ ਪ੍ਰੀਤ ਕਰਨ ਦਾ ਉਪਦੇਸ਼ ਬਖਸ਼ ਰਹੇ ਨੇ ਤੇ ਪਰਮਾਤਮਾ ਨੂੰ ਚੇਤੇ ਕਰਨ ਦਾ ਉਪਦੇਸ਼। ਉਸੇ ਸਿਰਲੇਖ ਦੇ ਅਧੀਨ ਕੇਂਦਰੀ ਭਾਵ ਨਿਚੋੜ ਇਹ ਹੈ ਕਿ ਗੋਬਿੰਦ ਪਰਮਾਤਮਾ ਪ੍ਰਭੂ ਨੂੰ ਮੇਰੇ ਮਿੱਤਰ ਨਾ ਭੁੱਲ, ਉਹਨੂੰ ਹਰ ਵਕਤ ਚੇਤੇ ਰੱਖ, ਉਹਨੂੰ ਚੇਤੇ ਕਰਨ ਦਾ ਸਭ ਤੋਂ ਸਰਲ ਸਿੱਧਾ ਸਪਸ਼ਟ ਹੈ ਰਸਤਾ ਗੁਰੂ ਦੇ ਸ਼ਬਦ ਨੂੰ ਵਿਚਾਰਨਾ, ਸਮਝਣਾ, ਆਪਣੇ ਜੀਵਨ ਦੇ ਅਮਲ ਵਿੱਚ ਲਿਆਉਣਾ। ਸ਼ਬਦ ਬੜੀ ਮਦਦ ਕਰਦਾ ਹੈ ਪਰਮਾਤਮਾ ਨੂੰ ਚੇਤੇ ਕਰਨ ਵਿੱਚ। ਸ਼ਬਦ ਜਿਹੜੀ ਸੁਰਤ ਨਹੀਂ ਟਿਕਣ ਵਾਲੀ ਉਹਨੂੰ ਦੱਸਦਾ ਬਈ ਜਿਹੜੀ ਜਿਹੜੀ ਚੀਜ਼ ਨੂੰ ਹੇ ਸੁਰਤ ਤੂੰ ਚੰਗਾ ਸਮਝ ਰਹੀ ਹੈ, ਇਸ ਦੀ ਵੀ ਨਹੀਂ। ਔਰ ਜਿਹੜਾ ਸਦੀਵੀ ਹੈ, ਨਾਲ ਰਹਿਣ ਵਾਲਾ ਹੈ, ਸਾਥ ਰਹਿਣ ਵਾਲਾ ਹੈ, ਉਹ ਪਰਮਾਤਮਾ ਦਾ ਚੇਤਾ ਹੈ।
ਉਹਨੂੰ ਤੂੰ ਸੰਭਾਲ ਨਹੀਂ ਰਹੀ। ਇਹ ਸਾਨੂੰ ਸ਼ਬਦ ਵਿੱਚੋਂ ਸੋਝੀ, ਸ਼ਬਦ ਵਿੱਚੋਂ ਸਮੱਤ ਮਿਲਦੀ। ਤਾਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਸਾਚ ਸ਼ਬਦ ਸਿਉਂ, ਸਾਚ ਸ਼ਬਦ ਕਰ ਸਦਾ ਪ੍ਰੀਤ, ਸੱਚੇ ਸ਼ਬਦ ਗੁਰੂ ਦੇ ਗਿਆਨ ਨਾਲ, ਬਾਣੀ ਨਾਲ ਤੂੰ ਪ੍ਰੀਤ ਪਿਆਰ ਬਣਾ। ਅੱਜ ਦੇ ਵਿਚਾਰ ਅਧੀਨ ਪਾਵਨ ਬੋਲਾਂ ਦੀ ਪ੍ਰਾਰੰਭਤਾ ਕਰਦਿਆਂ ਇਸੇ ਕੇਂਦਰੀ ਭਾਵ ਨੂੰ ਆਧਾਰ ਬਣਾ ਕੇ ਸਾਚ ਸ਼ਬਦ ਕੀ ਕਹਿ ਰਿਹਾ। ਕਹਿੰਦੇ ਨੇ, ਈਠ ਮੀਤ ਕੋ ਸਖਾ ਨਾਹੀ। ਜਦੋਂ ਸ਼ਬਦ ਤੋਂ ਦੂਰ ਆ, ਈਠ ਦਾ ਅਰਥ ਹੁੰਦਾ ਪਿਆਰਾ, ਮੀਤ ਦਾ ਅਰਥ ਹੈ ਮਿੱਤਰ, ਸਖੇ ਦਾ ਅਰਥ ਹੈ ਸਖੇ ਸੰਬੰਧੀ। ਸ਼ਬਦ ਤੋਂ ਬਿਰਵੇ ਆ, ਸ਼ਬਦ ਨਾਲ ਪ੍ਰੀਤ ਨਹੀਂ ਬਣੀ, ਸ਼ਬਦ ਨੂੰ ਨਹੀਂ ਸੁਣਿਆ ਤੇ ਮਿੱਤਰ ਬੜੇ ਪਿਆਰੇ ਲੱਗਦੇ ਨੇ ਵੀ ਇਹ ਮੇਰੇ ਮਦਦਗਾਰ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਨੂੰ ਜਦੋਂ ਕੋਈ ਪ੍ਰੀਤ ਕਰਦਾ, ਭਾਵ ਵਿਚਾਰਦਾ, ਨੇੜੇ ਹੋ ਕੇ ਸਮਝਦਾ, ਤੇ ਫਿਰ ਸ਼ਬਦ ਸਾਡੀ ਜਾਣਕਾਰੀ ਵਿੱਚ ਵਾਧਾ ਕਰਦਾ, ਭਾਈ ਜਿਨ੍ਹਾਂ ਨੂੰ ਤੂੰ ਆਪਣੇ ਸਮਝਿਆ, ਕਿਹਨੂੰ ਕਿਹਨੂੰ ਸਮਝਿਆ, ਆ ਧੰਨ ਧੰਨ ਮੇਰਾ, ਜੋਬਨ ਜੋਬਨ ਉਮਰ ਦੇ ਵਿੱਚ ਇੱਕ ਐਸਾ ਜੀਵਨ ਦਾ ਪੜਾਅ, ਜਵਾਨੀ ਦਾ, ਉਹਨੂੰ ਬੰਦਾ ਬੜਾ ਮਾਣ ਕਰਦਾ ਉਦੋਂ। ਇਹ ਨਹੀਂ ਵੀ ਜਵਾਨੀ ਜਵਾਨੀ ਦੇ ਪੜਾਅ 'ਤੇ ਬੰਦੇ ਨੂੰ ਇਸ ਤਨ ਦਾ ਮਾਣ ਹੈ, ਜਵਾਨੀ ਦਾ ਮਾਣ ਨਹੀਂ, ਇਹਦੇ ਵਿੱਚ ਕੁਛ ਜ਼ਿਆਦਾ। ਮੈਂ ਵੀ ਵਿਖਾਵਾਂ ਦੁਨੀਆ ਨੂੰ ਵੀ ਜਵਾਨੀ ਮੇਰੇ 'ਤੇ ਵੀ ਆਈ ਹੈ। ਇਹ ਨਹੀਂ ਭਈ ਬਾਕੀ ਦੀ ਉਮਰ ਦੇ ਪੜਾਅ ਵਿੱਚ ਨਹੀਂ ਬੰਦਾ ਆਪਣੀ ਆਪ ਨੂੰ ਵਿਖਾਉਣਾ ਚਾਹੁੰਦਾ ਹੈ, ਪਰ ਜੋਬਨ ਵਿੱਚ ਕੁਛ ਰੰਗ ਢੰਗ ਜ਼ਿਆਦਾ ਹੀ ਬੰਦੇ ਦੇ ਦਿਲੋ ਦਿਮਾਗ 'ਤੇ ਇਹਦਾ ਪ੍ਰਭਾਵ ਹੁੰਦਾ ਵੀ ਮੈਂ ਵੀ ਦੱਸਾਂ ਵੀ ਮੈਂ ਵੀ ਇਸ ਦੁਨੀਆ ਵਿੱਚ ਹਾਂ। ਬੁਢੇਪੇ ਵਿੱਚ ਥੋੜ੍ਹਾ ਜਿਹਾ ਸਰੀਰ ਕਮਜ਼ੋਰ ਹੋ ਗਿਆ, ਹੀਨ ਹੋ ਗਿਆ, ਵਿਖਾਉਂਦਾ ਬੰਦਾ ਵੀ ਮੈਂ ਹੁਣ ਵੀ ਹਾਂ, ਪਰ ਉਹ ਗੱਲ ਬਣਦੀ ਨਹੀਂ। ਹਜ਼ੂਰ ਕਹਿੰਦੇ ਨੇ, ਆ ਧਨ ਜੋਬਨ ਅਰ ਸੁੱਤ ਦਾਰਾ। ਇਹ ਪੁੱਤਰ, ਇਹ ਇਸਤਰੀ, ਇਹ ਘਰ, ਇਹ ਧਨ, ਇਹ ਜਵਾਨੀ। ਸਾਹਿਬ ਕਹਿੰਦੇ ਨੇ, ਪੇਖਣ ਕੋ ਜੋ ਦਇਓ। ਇਹ ਜਿਹੜੇ ਅਕਾਲ ਪੁਰਖ ਪਰਮਾਤਮਾ ਨੇ ਬੰਦਿਆ ਤੈਨੂੰ ਵੇਖਣ ਨੂੰ ਦਿੱਤੇ ਨੇ, ਵੇਖਣ ਨੂੰ, ਵੇਖਣ ਤੋਂ ਮੁਰਾਦ ਪਈਏ ਉਦਾਸ ਨਾ ਹੋਵੇ, ਇਹ ਦਿਲ ਹੀ ਨਾ ਛੱਡ ਕੇ ਬਹਿ ਜਾਏ, ਇਸ ਲਈ ਦਿੱਤੇ ਨੇ। ਹੁਣ ਬੰਦਾ ਸਭ ਕੁਛ ਹੀ ਸਮਝੀ ਇਹਨਾਂ ਨੂੰ ਬੈਠਾ, ਇਹਦੇ ਲਈ ਇਹ ਖਤਰਨਾਕ ਹੈ। ਦੇਖੋ ਨਾ, ਕੋਈ ਬੰਦਾ ਕਿਸੇ ਝੀਲ ਦੇ ਕਿਨਾਰੇ ਕਿਸੇ ਚਿੜੀਆ ਘਰ ਵਿੱਚ ਘੁੰਮਣ ਚਲੇ ਜਾ, ਕਾਹਦੇ ਲਈ ਬੰਦੇ ਜਾਂਦੇ ਨੇ ਵੀ ਥੋੜ੍ਹਾ ਜਿਹਾ ਦਿਲੋ ਦਿਮਾਗ ਜਿਹੜਾ ਹੈ ਉਹ ਇਸ ਤਰ੍ਹਾਂ ਸੈਰ ਕਰਕੇ ਘੁੰਮ ਕੇ ਆਲੇ ਦੁਆਲੇ ਹਰਿਆਵਲ ਵੇਖ ਕੇ ਤੇ ਕੁਛ ਹਾਵ ਭਾਵ ਬਦਲ ਜਾਣਗੇ, ਕੁਛ ਸਮੇਂ ਦਾ ਉਹ ਦੌਰ
ਘੁੰਮਣ ਫਿਰਨ ਨਾਲ ਪਹਾੜੀ ਪਰਬਤ ਵਾਲੇ ਇਲਾਕੇ ਵਿੱਚ ਬੰਦੇ ਦਾ ਖੋਰ ਹੋ ਜਾਂਦਾ ਹੈ। ਪਰ ਹੁਣ ਬੰਦਾ ਸਮਝੀ ਉਹਨਾਂ ਨੂੰ ਸਭ ਕੁਛ ਲਵੇ ਜਿੱਥੇ ਘੁੰਮਣ ਗਿਆ ਹੈ, ਬਈ ਇਹ ਸਭ ਕੁਛ ਮੇਰਾ ਹੈ, ਉਹਦੇ 'ਤੇ ਕਬਜ਼ਾ ਕਰਨ ਦੀ ਨੀਅਤ ਧਾਰ ਲਵੇ ਤਾਂ ਫਿਰ ਇਹਦੇ ਲਈ ਖਤਰਨਾਕ ਹੈ। ਹਾਂ ਤੂੰ ਵੇਖ ਕਿਤੇ ਫੁੱਲ ਖਿੜੇ ਨੇ, ਕਿਤੇ ਕੁਝ ਹੈ, ਕਿਤੇ ਕਈ ਮੀਲ ਤੱਕ ਪਾਣੀ ਭਰਿਆ, ਕਿਤੇ ਉੱਚੇ ਉੱਚੇ ਪਰਬਤ ਨੇ, ਲੰਬੇ ਲੰਬੇਰੇ ਦਰਖਤ ਨੇ, ਵੇਖ, ਵੇਖਣ ਤੋਂ ਕੋਈ ਮਨਾਹੀ ਨਹੀਂ। ਪਰ ਜੇ ਤੇਰੀ ਨੀਅਤ ਵਿੱਚ ਇਹ ਆ ਜਾਏ ਵੀ ਇਹ ਸਭ ਕੁਝ ਮੇਰਾ ਹੀ ਹੈ, ਫਿਰ ਠੀਕ ਨਹੀਂ ਰਹੇਗਾ। ਸਾਨੂੰ ਸਾਚ ਸ਼ਬਦ ਜਿਹੜਾ ਹੈ ਨਾ ਬਾਣੀ ਦਾ, ਉਹ ਇਹੀ ਸਮਤ ਬਖਸ਼ ਰਿਹਾ, ਇਆ ਧਨ ਜੋਬਨ ਅਰ ਸੁੱਤ ਦਾਰਾ ਪੁੱਤਰ ਇਸਤਰੀ ਵੇਖਣ ਕੋ ਜੋ ਦਿਓ। ਇਹ ਵੇਖਣ ਵੇਖਣ ਵਾਸਤੇ ਅਕਾਲ ਪੁਰਖ ਮਹਾਰਾਜ ਕਿ ਇਹਨਾਂ ਦੇ ਵੇਖਣ ਤੋਂ ਬਿਨਾਂ ਮੇਰਾ ਇਸ ਦੁਨੀਆਂ 'ਚ ਰਹਿ ਨਹੀਂ ਸੀ ਹੋਣਾ। ਸੱਚ ਹੀ ਹੈ ਵੀ ਨਹੀਂ, ਇਕੱਲਾ ਕਲਾਪਾ ਬੰਦਾ ਹੋਵੇ, ਨਾ ਅੱਗਾ ਨਾ ਪਿੱਛਾ, ਨਾ ਰਹਿਣ ਨੂੰ ਘਰ ਮਕਾਨ, ਖਾਣ ਨੂੰ ਕੁਝ ਨਹੀਂ, ਅਤੇ ਉਹ ਵੀ ਥੋੜ੍ਹਾ ਕੋਈ ਜ਼ਿੰਦਗੀ ਹੈ ਨਹੀਂ। ਪਰਮਾਤਮਾ ਨੇ ਇਹ ਉਦਾਸ ਨਾ ਹੋਵੇ, ਉਸ ਉਦਾਸੀ ਦਾ ਹੱਲ ਮਾਲਕ ਨੇ ਇਹਨੂੰ ਘਰ ਦੇ ਦਿੱਤਾ, ਮਾਂ ਬਾਪ ਦੇ ਦਿੱਤੇ, ਪਰਿਵਾਰ ਦੇ ਦਿੱਤਾ, ਬੱਚੇ ਦੇ ਦਿੱਤੇ, ਪੁੱਤ ਪੋਤਰੇ, ਬਈ ਇਹਨਾਂ ਨੂੰ ਵੇਂਦਾ ਰਹੋ, ਇਹਨਾਂ ਨੂੰ ਵੇਖ ਕੇ ਸ਼ੁਕਰਾਨਾ ਉਸ ਅਕਾਲ ਪੁਰਖ ਪਰਮਾਤਮਾ ਪ੍ਰਭੂ ਦਾ ਕਰ ਜਿਹਨੇ ਸਭ ਕੁਛ ਦਿੱਤਾ। ਹੁਣ ਜਿਹੜੇ ਵੇਖਣ ਕੋ ਦਿੱਤੇ ਨੇ ਉਹਨਾਂ ਨੂੰ ਬੰਦਾ ਹਕੀਕਤ ਸੱਚ ਮੰਨ ਕੇ ਬੈਠਾ ਵੀ ਇਹ ਸਭ ਕੁਛ ਮੇਰਾ ਹੈ ਨਹੀਂ। ਇਨਹੀ ਮਾਹੇ ਅਟਕ ਜੋ ਉਰਜੇ, ਇਹਨਾਂ ਵਿੱਚ ਜਿਹੜੇ ਅਟਕ ਕੇ ਉਲਝ ਗਏ ਨਾ, ਇੰਦਰੀ ਪ੍ਰੇਰ ਲਇਓ, ਉਹਨਾਂ ਦੇ ਗਿਆਨ ਇੰਦਰੀਆਂ ਨੇ, ਅੱਖਾਂ ਕੰਨ, ਇਹਨਾਂ ਇੰਦਰੀਆਂ ਨੇ ਪ੍ਰੇਰ ਲਿਆ ਬਈ ਇਹ ਸਭ ਕੁਛ ਆਪਣਾ ਹੈ। ਪਰ ਸਾਚ ਸ਼ਬਦ ਕੀ ਕਹਿ ਰਿਹਾ ਵੀ ਨਹੀਂ, ਕਿਉਂ ਨਹੀਂ? ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਚਨ ਪੜ੍ਹੋ ਸਾਹਿਬ, ਕਹਿੰਦੇ ਨੇ ਸੰਗ ਸਖਾ ਸਭ ਤਜ ਗਏ, ਤਜ ਗਏ ਦਾ ਅਰਥ ਛੱਡ ਗਏ। ਇਹਨੂੰ ਇਸ ਭਾਵ ਤੋਂ ਨਾ ਲੈ ਲਿਓ ਬਈ ਸੰਗੀ ਸਾਥੀ ਬੈਠੇ ਨੇ ਅਤੇ ਬੰਦਾ ਆਪ ਚਲੇ ਗਿਆ। ਹੁਣ ਦੇਖੋ ਪਰਿਵਾਰ ਵਿੱਚੋਂ ਚਲਾ ਕੋਈ ਵੀ ਜਾਏ, ਕੋਈ ਵੀ ਚਲ ਜਾਏ, ਜਿਹੜਾ ਜਾ ਰਿਹਾ ਉਹਦੇ ਵਾਸਤੇ ਦੂਜੇ ਕਿਸੇ ਕੰਮ ਦੇ ਨਹੀਂ, ਅਤੇ ਜਿਹੜੇ ਬੈਠੇ ਨੇ ਉਹਨਾਂ ਵਾਸਤੇ ਜਿਹੜਾ ਤੱਜ ਕੇ ਛੱਡ ਕੇ ਚਲੇ ਗਿਆ, ਛੱਡਿਆ ਦੋਨਾਂ ਨੇ। ਭਾਵੇਂ ਮੌਤ ਕਿਸੇ ਨੂੰ ਆ ਜਾਏ, ਜਿਹਨੂੰ ਆ ਗਈ ਉਹ ਸੰਸਾਰ ਨੂੰ ਛੱਡ ਰਿਹਾ, ਸੰਸਾਰ ਜਿਹਨੂੰ ਮੌਤ ਲੈ ਗਈ ਉਹਨੂੰ ਛੱਡ ਰਹੇ ਨੇ, ਬਰਾਬਰ ਹੀ ਹੈ ਨਾ। ਤਾਂ ਸਤਿਗੁਰੂ ਸੋਝੀ ਬਖਸ਼ਦੇ ਨੇ ਭਾਈ, ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ। ਕੀ ਕਰੀਏ? ਟੇਕ, ਭਰੋਸਾ, ਯਕੀਨ, ਵਿਸ਼ਵਾਸ, ਟੇਕ ਉਹਨੂੰ ਕਹਿੰਦੇ ਨੇ। ਟੇਕ ਏਕ ਸਮਝਿਓ, ਟੇਕ ਦਾ ਅਰਥ ਹੈ ਭਰੋਸਾ, ਏਕ ਦਾ ਅਰਥ ਹੈ ਇੱਕ ਪਰਮਾਤਮਾ ਜਿਹਨੂੰ